ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਦੇ ਗਰਾਉਂਡ ਤੋਂ ਅੱਜ ਇੱਕ ਹੋਰ ਤੁਹਾਨੂੰ ਗੁੱਡ ਨਿਊਜ਼ ਦੇ ਰਿਹਾ ਹਾਂ ਜੀ ਪੀਟੀ ਐਂਡ ਟਫਲ ਐਕਸੈਪਟੇਬਲ ਹੈ ਬਾਈ ਕੈਨੇਡੀਅਨ ਗਵਰਨਮੈਂਟ ਇਨ ਸਟੂਡੈਂਟ ਵੀਜ਼ਾ ਪਹਿਲਾਂ ਕੀ ਹੁੰਦਾ ਸੀ ਕਿ ਪੀਟੀ ਦਾ ਸਕੋਰ ਅਗਰ ਆ ਜਾਂਦਾ ਸੀ ਬੱਚੇ ਦਾ ਤਾਂ ਨਾਨ ਐਸਡੀਐਸ ਤੇ ਅਪਲਾਈ ਕਰਨਾ ਪੈਂਦਾ ਸੀ ਜਿਦੇ ਵੀਜ਼ਾ ਚਾਂਸਸ ਐਸਡੀਐਸ ਜੋ ਕਿ ਸਟੂਡੈਂਟ ਡਾਇਰੈਕਟ ਸਟਰੀਮ ਤੋਂ ਕੱਟ ਹੁੰਦੇ ਸੀਗੇ ਹੁਣ ਅਗਰ ਤੁਸੀਂ ਪੀਟੀ ਕਰ ਲੋਗੇ ਤਾਂ ਉਹ ਤੁਹਾਡੀ ਜਿਹੜੀ ਪੀਟੀ ਹੈ ਐਕਸੈਪਟ ਹੋਏਗੀ ਐਸਡੀਐਸ ਕੈਟਾਗਰੀ ਦੇ ਵਿੱਚ ਉਹ ਕਨੀਨियन ਗਵਰਨਮੈਂਟ ਨੇ ਇਸ ਚੀਜ਼ ਨੂੰ ਐਕਸੈਪਟੇਬਿਲਟੀ ਦੇ ਦਿੱਤੀ ਹੈ ਔਰ ਟਫਲ ਵੀ ਇਹਦੇ ਨਾਲ ਨਾਲ ਅਗਰ ਤੁਸੀਂ ਟਫਲ ਕਰਨਾ ਚਾਹੁੰਦੇ ਹੋ ਜਾਂ ਪੀਟੀ ਕਰਨਾ ਚਾਹੁੰਦੇ ਹੋ ਦੋਨੇ ਚੀਜ਼ਾਂ ਹੀ ਐਕਸੈਪਟੇਬਲ ਹੈ ਆਲਟਰਨੇਟਿਵ ਨੇ ਆਇਲਸ ਤੇ ਸੋ ਹੁਣ ਇੱਕ ਆਇਲਸ ਦਾ ਜਿਹੜਾ ਖੌਫ ਸੀਗਾ ਜਾਂ ਇੱਕ ਫੋਬੀਆ ਸੀ ਸਟੂਡੈਂਟ ਦੇ ਵਿੱਚ ਉਹ ਕਿਸੇ ਹੱਦ ਤੱਕ ਖਤਮ ਹੋ ਚੁੱਕਾ ਹੈਗਾ ਕਿਉਂਕਿ ਹੁਣ ਤੁਹਾਡੇ ਕੋਲ ਟਫਲ ਦੀ ਔਰ ਪੀਟੀ ਦੀ ਕਾਫੀ ਆਪਸ਼ਨਸ ਹੈ ਵੈਨ ਯੂਰ ਇੰਗਲਿਸ਼ ਤੇ ਅਸੀਂ ਫੁੱਲ ਫਲੇਜ ਪੀਟੀ ਟਫਲ ਤੇ ਆਇਲਸ ਦੀ ਟ੍ਰੇਨਿੰਗ ਦਿੰਨੇ ਆ ਸਾਡੇ ਕੋ ਪੀਅਰਸਨ ਸਰਟੀਫਾਈਡ ਟ੍ਰੇਨਰਸ ਨੇ ਆਈਡੀਪੀ ਟ੍ਰੇਨਰਸ ਨੇ ਪੀਐਚਡੀ ਇੰਗਲਿਸ਼ ਟ੍ਰੇਨਰਸ ਨੇ ਅਸੀਂ ਤੁਹਾਨੂੰ ਹੈਲਪ ਕਰਾਂਗੇ ਤੁਹਾਡੇ ਡਿਜ਼ਾਇਰ ਸਕੋਰ ਲੈਣ ਦੇ ਵਿੱਚ ਇੱਕ ਵਾਰ ਵੈਨ ਯੂਰ ਇੰਗਲਿਸ਼ ਜ਼ਰੂਰ ਵਿਜ਼ਿਟ ਕਰੋ ਐਮਬ੍ਰੇਸ ਯੂਰ ਡ੍ਰੀਮਸ ਵਿਸ਼ ਯੂ ਆਲ ਦਾ ਬੈਸਟ ਯੂ ਕੈਨ ਵਿਜ਼ਿਟ ਅਸ ਐਟ ਰਾਈਕੋਟ ਰੋਡ ਆਪੋਜ਼ਿਟ ਸੋਨਾਲੀ ਕਾ ਟਰੈਕਟਰ ਏਜੰਸੀ ਜਗਰਾਓ ਔਰ ਯੂ ਕੈਨ ਕਾਲ ਮੀ ਐਟ 7973160270 Thank you.